ਸਤਿ ਸ਼੍ਰੀ ਅਕਾਲ ਜੀ, ਹਮਦਰਦ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਵਿਸ਼ਾਲੀ ਸ਼ਰਮਾ ਤੇ ਮੈਂ ਹਾਂ ਸੰਦੀਪ, ਤੇ ਅੱਜ ਅਸੀਂ ਲੈ ਕੇ ਆਏ ਹਾਂਗੇ June 13th ਦਾ ਐਪੀਸੋਡ ਨੰਬਰ 394, ਜਿਹਦੇ ਵਿੱਚ ਅਸੀਂ ਬਹੁਤ ਸਾਰੇ ਨਵੇਂ ਰਿਸ਼ਤੇ ਪੜਾਂਗੇ ਅੱਜ। ਤੁਸੀਂ ਜੇ ਆਪਣੀ ਐਡ ਦੇਣੀ ਚਾਹੁੰਦੇ ਹੋਗੇ ਜਾਂ ਆਪਣੇ ਲਈ ਰਿਸ਼ਤਾ ਲੱਭ ਰਹੇ ਹੋ ਤਾਂ ਆਹ ਪ੍ਰੋਗਰਾਮ ਤੁਹਾਡੇ ਲਈ ਬਹੁਤ ਹੀ ਵਧੀਆ ਹੈ। ਤੁਸੀਂ ਆਪਣੇ ਰਿਸ਼ਤੇ ਦੀ ਐਡ ਵੀ ਦੇ ਸਕਦੇ ਹੋ ਜਾਂ ਆਪਣੇ ਲਈ ਰਿਸ਼ਤਾ ਲੱਭ ਵੀ ਸਕਦੇ ਹੋਗੇ। ਕੈਨੇਡੀਅਨ ਸਿਟੀਜ਼ਨ ਜੱਟ ਸਿੱਖ, 1990 ਬੋਰਨ, ਕੱਦ ਹੈ 5'10", ਸਿਸਟਮ ਇੰਜੀਨੀਅਰ ਦੀ ਵਧੀਆ ਜੋਬ ਕਰਦੇ, ਨਸ਼ਿਆਂ ਤੋਂ ਰਹਿਤ, ਹੈਂਡਸਮ, ਨੈਵਰ ਮੈਰਿਡ ਲੜਕੇ ਲਈ, ਅਮੈਰੀਕਾ ਤੋਂ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ, ਪ੍ਰੋਫੈਸ਼ਨਲੀ ਕੁਆਲੀਫਾਈਡ, ਸੋਹਣੀ ਸੁਨੱਖੀ ਪਰਿਵਾਰਕ ਲੜਕੀ ਦੀ ਲੋੜ ਹੈ। ਕੈਲੀਫੋਰਨੀਆ USA ਵਿੱਚ ਰਹਿੰਦੀ ਲੜਕੀ ਜਾਂ ਉੱਥੇ ਮੂਵ ਹੋਣ ਦੀ ਚਾਹਵਾਨ ਲੜਕੀ ਨੂੰ ਪਹਿਲ ਦਿੱਤੀ ਜਾਵੇਗੀ। ਲੜਕੇ ਦਾ ਪਰਿਵਾਰ ਕੈਲੀਫੋਰਨੀਆ ਵਿੱਚ ਵੈਲ ਸੈਟਲਡ ਹੈ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਉਹਨਾਂ ਨੂੰ ਮਾਫ਼ ਕਰਨ। ਸੰਪਰਕ ਕਰਨ ਲਈ ਨੰਬਰ ਨੋਟ ਕਰ ਲਓ ਜੀ ਤੁਸੀਂ, 1-559-385-4016 ਜਾਂ 1-559-385-0745। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ, ਵਰ ਦੀ ਲੋੜ ਦੇ ਲਈ। ਕੈਨੇਡੀਅਨ PR ਜੱਟ ਸਿੱਖ, 1991 ਬੋਰਨ, ਕੱਦ 5'5", BSc ਨਰਸਿੰਗ, ਹੋਸਪਿਟਲ ਵਿੱਚ ਪ੍ਰੋਫੈਸ਼ਨਲ ਨਰਸ ਦੀ ਵਧੀਆ ਜੋਬ ਕਰਦੀ, ਸੋਹਣੀ ਸੁਨੱਖੀ ਪਰਿਵਾਰਕ ਲੜਕੀ ਦੇ ਲਈ, ਕੈਨੇਡਾ ਤੋਂ ਸਿਟੀਜ਼ਨ ਜਾਂ PR, ਪ੍ਰੋਫੈਸ਼ਨਲੀ ਕੁਆਲੀਫਾਈਡ, ਨਸ਼ਿਆਂ ਤੋਂ ਰਹਿਤ, ਵੈਲ ਸੈਟਲਡ, ਹੈਂਡਸਮ ਲੜਕੇ ਦੀ ਲੋੜ ਹੈ ਜੀ। ਮਾਲਵਾ ਏਰੀਆ ਅਤੇ ਓਨਟਾਰੀਓ ਤੇ ਕੈਲਗਰੀ ਦੇ ਲੜਕੇ ਨੂੰ ਪਹਿਲ ਦਿੱਤੀ ਜਾਵੇਗੀ। ਲੜਕੀ ਦੀ ਭੈਣ ਕੈਨੇਡਾ 'ਚ ਵੈਲ ਸੈਟਲਡ ਹੈ ਅਤੇ ਮਾਤਾ ਪਿਤਾ ਦਾ ਵੀ ਵੀਜ਼ਾ ਲੱਗਿਆ ਹੋਇਆ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮਾਫ਼ ਕਰਨ ਅਤੇ ਇਹਨਾਂ ਨੂੰ ਸੰਪਰਕ ਕਰਨ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ ਜੀ, 2898214089 ਜਾਂ 4036721010 'ਤੇ। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ, ਵਰਦੀ ਲੋੜ ਲਈ। ਅਮੈਰੀਕਾ 'ਚ ਵੈਲ ਸੈਟਲਡ ਜੱਟ ਸਿੱਖ ਬਰਾਰ ਪਰਿਵਾਰ ਨੂੰ ਆਪਣੀ ਅਮੈਰੀਕਨ ਜੰਪਲ ਬੇਟੀ, September 1990 ਬੋਰਨ, ਕੱਦ ਹੈ 5'7", ਸੋਹਣੀ ਸੁਨੱਖੀ ਪਰਿਵਾਰਕ, MD ਡਾਕਟਰ, ਇਸ ਸਮੇਂ ਹੋਸਪਿਟਲ ਵਿੱਚ ਫਿਜ਼ੀਸ਼ੀਅਨ ਦੀ ਵਧੀਆ ਜੋਬ ਕਰ ਰਹੀ, ਟਰੈਵਲਿੰਗ ਦਾ ਸ਼ੌਕ ਰੱਖਦੀ ਆਊਟਗੋਇੰਗ ਬੇਟੀ ਲਈ ਅਮੈਰੀਕਾ ਤੋਂ ਜੰਪਲ ਜਾਂ ਸਿਟੀਜ਼ਨ, ਪ੍ਰੋਫੈਸ਼ਨਲੀ ਕੁਆਲੀਫਾਈਡ, ਨਸ਼ਿਆਂ ਤੋਂ ਰਹਿਤ, ਕਲੀਨ ਸ਼ੇਵ, ਹੈਂਡਸਮ, ਚੰਗੇ ਪਰਿਵਾਰ ਨਾਲ ਸੰਬੰਧਿਤ ਲੜਕੇ ਦੀ ਲੋੜ ਹੈ। ਇਸ ਰਿਸ਼ਤੇ ਬਾਰੇ ਸੀਰੀਅਸ ਲੋਕ ਹੀ ਪਲੀਜ਼ ਉਹਨਾਂ ਨੂੰ ਸੰਪਰਕ ਕਰਨ। ਮੈਰਿਜ ਬਿਊਰੋ ਅਤੇ ਇੰਡੀਆ ਰਹਿੰਦੇ ਲੜਕੇ ਕਿਰਪਾ ਕਰਕੇ ਮਾਫ਼ ਕਰਨ। ਫੋਟੋ ਅਤੇ ਬਾਇਓਡਾਟਾ ਆਪਣੀ ਤੁਸੀਂ ਉਹਨਾਂ ਨੂੰ ਈਮੇਲ 'ਤੇ ਭੇਜ ਸਕਦੇ ਹੋ ਅਤੇ ਨਾਲ ਈਮੇਲ 'ਤੇ ਹੀ ਤੁਸੀਂ ਉਹਨਾਂ ਨੂੰ ਸੰਪਰਕ ਵੀ ਕਰ ਸਕਦੇ ਹੋ। ਨੋਟ ਕਰ ਲਓ ਜੀ, GNDV.113@gmail.com। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ, ਲੜਕੀ ਦੀ ਲੋੜ ਦੇ ਲਈ। ਕੈਨੇਡਾ ਵਿੱਚ ਵਿਜ਼ਿਟਰ ਵੀਜ਼ੇ 'ਤੇ ਆਏ ਜੱਟ ਸਿੱਖ, ਉਮਰ 32 ਸਾਲ, ਕੱਦ 5'9", ਇੰਡੀਆ ਵਿੱਚ ਕਾਫੀ ਪ੍ਰੋਪਰਟੀ ਦੇ ਮਾਲਕ, ਪੜ੍ਹੇ ਲਿਖੇ, ਨਸ਼ਿਆਂ ਤੋਂ ਰਹਿਤ, ਹੈਂਡਸਮ ਲੜਕੇ ਲਈ ਕੈਨੇਡਾ ਤੋਂ ਸਿਟੀਜ਼ਨ PR ਜਾਂ ਵਰਕ ਪਰਮਿਟ 'ਤੇ ਕੈਨੇਡਾ ਆਈ ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਕੈਨੇਡਾ 'ਚ ਰਹਿੰਦਾ ਹੈ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮਾਫ਼ ਕਰਨ ਅਤੇ ਸੰਪਰਕ ਕਰਨ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ ਜੀ, 2049622191 ਜਾਂ ਇੰਡੀਆ ਦਾ ਨੰਬਰ ਹੈ 9878966425 'ਤੇ। ਅਗਲਾ ਰਿਸ਼ਤਾ ਮੈਂ ਪੜ੍ਹ ਜਾ ਰਹੀ ਹਾਂ ਜੀ, ਲੜਕੀ ਦੀ ਲੋੜ ਲਈ। ਕੈਨੇਡੀਅਨ ਜੰਪਲ ਜੱਟ ਸਿੱਖ, ਉਮਰ 39 ਸਾਲ, ਕੱਦ ਹੈ 6'1",
ਨੈਵਰ ਮੈਰਿਡ, ਹੈਂਡਸਮ, ਬਿਜ਼ਨਸ ਡਿਗਰੀ ਹੋਲਡਰ, ਵਧੀਆ ਜੋਬ ਕਰ ਰਹੇ, ਨਸ਼ਿਆਂ ਤੋਂ ਰਹਿਤ, ਕਾਫੀ ਪ੍ਰੋਪਰਟੀ ਦੇ ਮਾਲਕ, ਇਕਲੌਤੇ ਲੜਕੇ ਲਈ ਕੈਨੇਡਾ ਤੋਂ ਸਿਟੀਜ਼ਨ ਜਾਂ PR, ਪੜ੍ਹੀ ਲਿਖੀ, ਸੋਹਣੀ, ਨੈਵਰ ਮੈਰਿਡ, ਘੱਟੋ ਘੱਟ 5 ਫੁੱਟ 5 ਇੰਚ ਲੰਮੀ ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ 45 ਸਾਲ ਤੋਂ ਕੈਨੇਡਾ ਵਿੱਚ ਰਹਿੰਦਾ ਹੈ ਅਤੇ ਵੈਲ ਸੈਟਲਡ ਹੈ। ਲੁਧਿਆਣਾ ਅਤੇ ਪਟਿਆਲੇ ਨੂੰ ਪਹਿਲ ਦਿੱਤੀ ਜਾਵੇਗੀ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਉਹਨਾਂ ਨੂੰ ਮਾਫ਼ ਕਰਨ। ਐਲਬਰਟਾ ਟਾਈਮ ਮੁਤਾਬਕ ਸਵੇਰੇ 10 ਵਜੇ ਤੋਂ ਬਾਅਦ ਜਾਂ ਵੀਕਐਂਡ 'ਤੇ ਕਿਸੇ ਵੀ ਸਮੇਂ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ। ਨੰਬਰ ਨੋਟ ਕਰ ਲਓ ਜੀ, 1-780-461-8855 ਜਾਂ 1-780-937-4564। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ, ਲੜਕੀ ਦੀ ਲੋੜ ਦੇ ਲਈ। ਕੈਨੇਡੀਅਨ PR ਜੱਟ ਸਿੰਘ ਗਰੇਵਾਲ, ਉਮਰ 33 ਸਾਲ, ਕੱਦ 6 ਫੁੱਟ 1 ਇੰਚ, BA ITI, ਅਤੇ ਇਸ ਸਮੇਂ ਆਪਣਾ ਟਰੱਕਿੰਗ ਦਾ ਵਧੀਆ ਬਿਜ਼ਨਸ ਕਰਦੇ। ਹੈਂਡਸਮ, ਨਸ਼ਿਆਂ ਤੋਂ ਰਹਿਤ, ਇੰਡੀਆ 'ਚ ਕਾਫੀ ਪ੍ਰੋਪਰਟੀ ਦੇ ਮਾਲਕ ਅਤੇ ਕੈਨੇਡਾ 'ਚ ਆਪਣੇ ਘਰ ਦੇ ਮਾਲਕ। ਲੜਕੇ ਲਈ ਕੈਨੇਡਾ ਤੋਂ ਸਿਟੀਜ਼ਨ PR ਜਾਂ ਵਰਕ ਪਰਮਿਟ 'ਤੇ ਆਈ ਕੈਨੇਡਾ, ਪੜ੍ਹੀ ਲਿਖੀ ਲੜਕੀ, ਸੋਹਣੀ ਸੁਨੱਖੀ ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ 'ਚ ਵੈਲ ਸੈਟਲਡ ਹੈ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮਾਫ਼ ਕਰਨ, ਅਤੇ ਵਧੇਰੀ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 6-472-4023 ਜਾਂ ਵਟਸਐਪ ਕਰ ਸਕਦੇ ਹੋ ਇੰਡੀਆ ਦੇ ਨੰਬਰ 'ਤੇ 8-1-4-6-1-4-4-4-7-3 'ਤੇ। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ, ਵਰਦੀ ਲੋੜ ਲਈ। ਕੈਨੇਡੀਅਨ ਸਿਟੀਜ਼ਨ ਜੱਟ ਸਿੱਖ ਢਿੱਲੋਂ, 1994 ਬੋਰਨ, ਕੱਦ ਹੈ 5 ਫੁੱਟ 3 ਇੰਚ, ਡਿਪਲੋਮਾ ਇਨ ECE ਐਂਡ ਡਿਪਲੋਮਾ ਇਨ ਨਰਸਿੰਗ, ਇਸ ਸਮੇਂ ਨਰਸਿੰਗ ਦੀ ਵਧੀਆ ਜੋਬ ਕਰ ਰਹੀ ਸੋਹਣੀ ਸੁਨੱਖੀ ਪਰਿਵਾਰਕ ਲੜਕੀ ਲਈ ਓਨਟੈਰੀਓ ਕੈਨੇਡਾ ਤੋਂ ਪੜ੍ਹੇ ਲਿਖੇ, ਹੈਂਡਸਮ, ਨਸ਼ਿਆਂ ਤੋਂ ਰਹਿਤ, ਵੈਲ ਸੈਟਲ ਲੜਕੇ ਦੀ ਲੋੜ ਹੈ। ਸਟੂਡੈਂਟ ਵੀਜ਼ੇ 'ਤੇ ਕੈਨੇਡਾ ਆਏ ਲੜਕੇ 'ਤੇ ਵੀ ਵਿਚਾਰ ਕੀਤੀ ਜਾ ਸਕਦੀ ਹੈ। ਲੜਕੀ ਦਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਉਹਨਾਂ ਨੂੰ ਮਾਫ਼ ਕਰਨ। ਵਧੇਰੇ ਜਾਣਕਾਰੀ ਲਈ ਨੰਬਰ ਨੋਟ ਕਰ ਲਓ ਜੀ, 6-479-67-0186 ਜਾਂ 6-479-72-8310। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ, ਲੜਕੀ ਦੀ ਲੋੜ ਦੇ ਲਈ। ਕੈਨੇਡੀਅਨ ਸਿਟੀਜ਼ਨ, ਸੋਫਟਵੇਅਰ ਇੰਜੀਨੀਅਰ, ਜੱਟ ਸਿੱਖ ਲੜਕਾ, ਉਮਰ 27 ਸਾਲ, ਜੋ ਕਿ ਅਮਰੀਕਾ ਦੇ ਵਿੱਚ ਵੱਡੀ ਕੰਪਨੀ ਵਿੱਚ ਕੰਮ ਕਰ ਰਿਹਾ ਹੈ। ਲੜਕੀ ਅਮਰੀਕਾ ਜਾਂ ਕੈਨੇਡਾ ਦੀ ਜੰਪਲ ਉੱਚ ਸਿੱਖਿਆ ਪ੍ਰਾਪਤ ਕਰ ਅਤੇ ਵਧੀਆ ਜੋਬ ਕਰ ਰਹੀ ਲੜਕੀ ਦੀ ਲੋੜ ਹੈ। ਲੜਕਾ ਕੈਨੇਡਾ ਵਿੱਚ ਆਪਣੇ 2 ਘਰਾਂ ਦਾ ਮਾਲਕ ਹੈ। ਸੰਪਰਕ ਕਰਨ ਦੇ ਲਈ ਜਾਂ ਆਪਣਾ ਬਾਇਓਡਾਟਾ ਜਾਂ ਪਿਕਚਰਸ ਭੇਜਣ ਲਈ ਤੁਸੀਂ ਇਹਨਾਂ ਨੂੰ ਈਮੇਲ ਕਰ ਸਕਦੇ ਹੋ jagjeet154singh@gmail.com ਜਾਂ ਤੁਸੀਂ ਇਹਨਾਂ ਨੂੰ ਕਾਲ ਵੀ ਕਰ ਸਕਦੇ ਹੋ 6043452500 ਜਾਂ 6049619235 'ਤੇ। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ, ਲੜਕੀ ਦੀ ਲੋੜ ਲਈ। ਅਮੈਰੀਕਾ ਵਿੱਚ 19 ਸਾਲ ਤੋਂ ਵੈਲ ਸੈਟਲਡ ਟੋਂਗ ਛੱਤਰੀ ਪਰਿਵਾਰ ਦਾ ਅਮੈਰੀਕਨ ਸਿਟੀਜ਼ਨ ਬੇਟਾ, ਉਮਰ ਹੈ 32 ਸਾਲ, ਕੱਦ ਹੈ 5 ਫੁੱਟ 11 ਇੰਚ, ਕੰਪਿਊਟਰ ਐਸੋਸੀਏਟ ਡਿਗਰੀ ਹੋਲਡਰ, ਵਧੀਆ ਜੋਬ ਕਰਦੇ, ਹੈਂਡਸਮ, ਨਸ਼ਿਆਂ ਤੋਂ ਰਹਿਤ, ਆਪਣੇ ਘਰ ਦੇ ਮਾਲਕ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਬੇਕਸੂਰ ਤਲਾਕਸ਼ੁਦਾ ਲੜਕੇ ਲਈ ਅਮੈਰੀਕਾ ਤੋਂ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ, ਪੜ੍ਹੀ ਲਿਖੀ, ਸੋਹਣੀ ਸੁਨੱਖੀ ਪਰਿਵਾਰ ਦੇ ਨਾਲ ਰਹਿਣ ਦੀ ਚਾਹਵਾਨ ਲੜਕੀ ਦੀ ਲੋੜ ਹੈ। ਬਿਨਾਂ ਬੱਚੇ ਤੋਂ ਤਲਾਕਸ਼ੁਦਾ ਲੜਕੀ ਅਤੇ ਕੈਨੇਡਾ ਤੋਂ ਅਮੈਰੀਕਾ ਮੂਵ ਹੋਣ ਦੀ ਚਾਹਵਾਨ ਲੜਕੀ 'ਤੇ ਵੀ ਵਿਚਾਰ ਕੀਤੀ ਜਾ ਸਕਦੀ ਹੈ। ਜਾਤ ਪਾਤ ਦਾ ਉਹਨਾਂ ਨੂੰ ਕੋਈ ਬੰਧਨ ਨਹੀਂ ਹੈ।
ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮਾਫ਼ ਕਰਨ। ਆਪਣੀ ਫੋਟੋ ਅਤੇ ਬਾਇਓਡਾਟਾ ਤੁਸੀਂ ਉਹਨਾਂ ਨੂੰ ਵਟਸਐਪ 'ਤੇ ਭੇਜ ਕੇ ਸੰਪਰਕ ਕਰ ਸਕਦੇ ਹੋ। ਵਟਸਐਪ ਨੰਬਰ ਨੋਟ ਕਰ ਲਓ ਜੀ, 1716-622-6700 ਜਾਂ 1716-622-8585। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ, ਲੜਕੀ ਦੀ ਲੋੜ ਦੇ ਲਈ। ਕੈਨੇਡੀਅਨ ਪੀ ਆਰ ਜੱਟ ਸਿੱਖ, 1990 ਬੋਰਨ, ਕੱਦ 6'1", ਇੰਡੀਆ ਤੋਂ ਬੀਟੈਕ ਐਮਟੈਕ ਦੀ ਡਿਗਰੀ ਹੋਲਡਰ, ਟਰੱਕਿੰਗ ਦੀ ਵਧੀਆ ਜੌਬ ਕਰਦਾ, ਹੈਂਡਸਮ, ਨਸ਼ਿਆਂ ਤੋਂ ਰਹਿਤ। ਲੜਕੇ ਲਈ ਕੈਨੇਡਾ ਅਮਰੀਕਾ ਤੋਂ ਸਿਟੀਜ਼ਨ ਪੀ ਆਰ ਵਰਕ ਪਰਮਿਟ ਅਤੇ ਆਈ ਕੈਨੇਡਾ ਪ੍ਰੋਫੈਸ਼ਨਲੀ ਕੁਆਲੀਫਾਈਡ ਸੋਹਣੀ ਸੁਨੱਖੀ ਪਰਿਵਾਰਕ ਲੜਕੀ ਦੀ ਲੋੜ ਹੈ। ਮਾਲਵਾ ਏਰੀਆ ਅਤੇ ਜੀ ਟੀ ਏ ਦੇ ਏਰੀਏ ਨੂੰ ਪਹਿਲ ਦਿੱਤੀ ਜਾਵੇਗੀ। ਲੜਕੇ ਦਾ ਪਰਿਵਾਰ ਕੈਨੇਡਾ 'ਚ ਵੈਲ ਸੈਟਲਡ ਹੈ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮਾਫ਼ ਕਰਨ। ਇਹਨਾਂ ਨਾਲ ਸੰਪਰਕ ਕਰਨ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ ਜੀ, ਇੰਡੀਆ ਦਾ ਨੰਬਰ ਹੈ 8699476385 ਜਾਂ 4372309243 'ਤੇ। ਅਗਲਾ ਰਿਸ਼ਤਾ ਮੈਂ ਪੜ੍ਹ ਜਾ ਰਹੀ ਹਾਂ ਜੀ, ਲੜਕੀ ਦੀ ਲੋੜ ਲਈ। ਕੈਨੇਡੀਅਨ ਸਿਟੀਜ਼ਨ ਜੱਟ ਸਿੱਖ, 26 ਸਾਲ ਉਮਰ, ਕੱਦ ਹੈ 5'8", ਰਜਿਸਟਰਡ ਆਪਟੀਸ਼ੀਅਨ ਅਤੇ ਰਿਐਲਟਰ, ਆਪਣਾ ਆਪਥੈਲਮਿਕ ਆਈ ਕੇਅਰ ਕਲੀਨਿਕ ਚਲਾ ਰਹੇ ਅਤੇ ਬਰਲਿੰਗਟਨ ਓਨਟੈਰੀਓ ਵਿੱਚ ਆਪਣਾ ਘਰ ਦੇ ਮਾਲਕ, ਸਾਲਾਨਾ 1,75,000 ਕਮਾ ਰਹੇ ਲੜਕੇ ਲਈ ਪੜ੍ਹੀ ਲਿਖੀ, ਸੋਹਣੀ ਸੁਨੱਖੀ, ਹੰਬਲ, ਡਾਊਨ ਟੂ ਅਰਥ, ਪਰਿਵਾਰਕ, ਸਿੱਖੀ ਨੂੰ ਐਮਬਰੇਸ ਕਰਨਾ ਚਾਹੁੰਦੀ ਲੜਕੀ ਦੀ ਲੋੜ ਹੈ। ਆਪਟੀਸ਼ੀਅਨ ਜਾਂ ਆਪਟੋਮੈਟ੍ਰਿਸਟ ਲੜਕੀ ਨੂੰ ਪਹਿਲ ਦਿੱਤੀ ਜਾਵੇਗੀ, ਪਰ ਦੂਸਰੀਆਂ ਲੜਕੀਆਂ ਵੀ ਕਾਲ ਕਰ ਸਕਦੀਆਂ ਹਨ ਜੋ ਕਿ ਪ੍ਰੋਫੈਸ਼ਨਲੀ ਕੁਆਲੀਫਾਈਡ ਹੋਣ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਉਹਨਾਂ ਨੂੰ ਮਾਫ਼ ਕਰਨ। ਵਧੇਰੇ ਜਾਣਕਾਰੀ ਲਈ ਤੁਸੀਂ ਉਹਨਾਂ ਦਾ ਨੰਬਰ ਨੋਟ ਕਰ ਲਓ, 6474021119। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ, ਲੜਕੀ ਦੀ ਲੋੜ ਦੇ ਲਈ। ਕੈਨੇਡੀਅਨ ਜੱਟ ਸਿੱਖ ਪਰਿਵਾਰ ਜੋ ਬ੍ਰਿਟਿਸ਼ ਕੋਲੰਬੀਆ ਵਿੱਚ ਵੈਲ ਸੈਟਲਡ ਹੈ। ਆਪਣੇ ਕੈਨੇਡੀਅਨ ਜੰਪਲ ਬੇਟੇ, ਉਮਰ 28 ਸਾਲ, ਕੱਦ 5'10", ਨਸ਼ਿਆਂ ਤੋਂ ਰਹਿਤ, ਹੈਂਡਸਮ ਡਾਕਟਰ, ਅਮਰੀਕਾ 'ਚ ਫਾਈਨਲ ਈਅਰ ਰੈਜੀਡੈਂਸੀ ਕਰਕੇ ਲੜਕੇ ਲਈ ਕੈਨੇਡਾ ਪੀ ਆਰ ਜਾਂ USA ਤੋਂ ਜੰਪਲ ਪ੍ਰੋਫੈਸ਼ਨਲੀ ਕੁਆਲੀਫਾਈਡ ਸੋਹਣੀ ਸੁਨੱਖੀ ਪਰਿਵਾਰਕ ਲੜਕੀ ਦੀ ਲੋੜ ਹੈ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮਾਫ਼ ਕਰਨ। ਤੁਸੀਂ ਆਪਣਾ ਬਾਇਓਡਾਟਾ ਅਤੇ ਆਪਣੀ ਫੋਟੋ ਭੇਜ ਸਕਦੇ ਹੋ ਜੀ ਈਮੇਲ 'ਤੇ। ਈਮੇਲ ਹੈ ਜੀ bob.dillon@shah.ca। ਜਾਂ ਤੁਸੀਂ ਕਾਲ ਵੀ ਕਰ ਸਕਦੇ ਹੋ ਜੀ, 1778-552-7747 'ਤੇ। ਅਗਲਾ ਰਿਸ਼ਤਾ ਹੈ ਜੀ ਵਰਦੀ ਲੋੜ ਲਈ। ਕੈਨੇਡੀਅਨ ਸਿਟੀਜ਼ਨ ਰਾਮਦਾਸੀਆ ਸਿੱਖ ਮਾਨ, ਉਮਰ ਹੈ 31 ਸਾਲ, ਕੱਦ ਹੈ 5'5", ਸੋਹਣੀ ਸੁਨੱਖੀ, ਪਰਿਵਾਰਕ, MBA ਡਿਗਰੀ ਹੋਲਡਰ, ਫਾਈਨੈਂਸ਼ੀਅਲ ਐਂਡ ਅਕਾਊਂਟਿੰਗ ਆਫਿਸ ਵਿੱਚ ਸੀਨੀਅਰ ਮੈਨੇਜਰ ਦੀ ਵਧੀਆ ਜੌਬ ਕਰ ਰਹੀ ਲੜਕੀ ਲਈ ਕੈਨੇਡਾ ਜਾਂ ਅਮੈਰੀਕਾ ਤੋਂ ਸਿਟੀਜ਼ਨ ਜਾਂ ਪੀ ਆਰ, ਪ੍ਰੋਫੈਸ਼ਨਲੀ ਕੁਆਲੀਫਾਈਡ ਐਂਡ ਇੰਪਲੋਇਡ ਜਾਂ ਬਿਜ਼ਨਸ ਕਰਦੇ, ਹੈਂਡਸਮ, ਨਸ਼ਿਆਂ ਤੋਂ ਰਹਿਤ, ਵੈਲ ਸੈਟਲ ਲੜਕੇ ਦੀ ਲੋੜ ਹੈ। ਲੜਕੀ ਦੇ ਪਰਿਵਾਰ ਦਾ ਆਪਣਾ ਬਿਜ਼ਨਸ ਹੈ ਅਤੇ ਸਾਰਾ ਪਰਿਵਾਰ ਵੈਲ ਸੈਟਲਡ ਹੈ। ਜਾਤ ਪਾਤ ਦਾ ਉਹਨਾਂ ਨੂੰ ਕੋਈ ਬੰਧਨ ਨਹੀਂ ਹੈ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮਾਫ਼ ਕਰਨ। ਵਧੇਰੇ ਜਾਣਕਾਰੀ ਲਈ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ। ਨੰਬਰ ਨੋਟ ਕਰ ਲਓ ਜੀ, 6474291411। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ, ਲੜਕੀ ਦੀ ਲੋੜ ਦੇ ਲਈ। ਇੰਗਲੈਂਡ 'ਚ 14 ਸਾਲ ਰਹਿ ਕੇ ਆਏ ਅਤੇ ਇਸ ਸਮੇਂ ਇੰਡੀਆ ਦੇ ਵਿੱਚ ਰਹਿ ਰਹੇ ਜੱਟ ਸਿੱਖ ਲੜਕਾ, ਬੋਰਨ ਹੈ 1987 ਅਤੇ ਕੱਦ ਹੈ ਜੀ 5'11",
ਗ੍ਰੈਜੂਏਟ ਇੰਗਲੈਂਡ ਤੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ, ਆਪਣਾ ਵਧੀਆ ਬਿਜ਼ਨਸ ਕਰਦੇ, ਕਾਫੀ ਪ੍ਰੋਪਰਟੀਆਂ ਦੇ ਮਾਲਕ, ਹੈਂਡਸਮ, ਨਸ਼ਿਆਂ ਤੋਂ ਰਹਿਤ, ਨੈਵਰ ਮੈਰਿਡ ਲੜਕੇ ਲਈ ਕੈਨੇਡਾ, ਅਮਰੀਕਾ, ਇੰਗਲੈਂਡ ਤੋਂ ਪੜ੍ਹੀ ਲਿਖੀ ਸੋਹਣੀ ਪਰਿਵਾਰਕ ਲੜਕੀ ਦੀ ਲੋੜ ਹੈ ਜੀ। ਲੜਕੇ ਦੀ ਭੈਣ ਕੈਨੇਡਾ 'ਚ ਵੈਲ ਸੈਟਲਡ ਹੈ, ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮਾਫ਼ ਕਰਨ, ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਜੀ। ਇਹਨਾਂ ਦਾ ਫੋਨ ਨੰਬਰ ਹੈ 416-669-8092। ਅਗਲਾ ਰਿਸ਼ਤਾ ਮੈਂ ਪੜ੍ਹ ਜਾ ਰਹੀ ਹਾਂ ਜੀ, ਲੜਕੀ ਦੀ ਲੋੜ ਲਈ। ਸੈਨੀ ਪਰਿਵਾਰ ਨੂੰ ਆਪਣੇ ਅਮੈਰੀਕਨ ਜੰਪਲ ਬੇਟੇ ਲਈ ਲੜਕੀ ਦੀ ਲੋੜ ਹੈ। ਬੇਟੇ ਦੀ ਉਮਰ ਹੈ 33 ਸਾਲ, ਕੱਦ ਹੈ 5'10", ਕਲੀਨ ਸ਼ੇਵ, 12 ਸਾਲ ਤੋਂ ਨਿਊਯਾਰਕ ਵਿੱਚ ਇੰਜੀਨੀਅਰ ਦੀ ਵਧੀਆ ਜੋਬ ਕਰਦਾ ਹੈ ਲੜਕਾ, ਨੋਨ ਵੈਜੀਟੇਰੀਅਨ ਹੈ, ਸਿੰਪਲ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਇਸ ਲਈ ਸਿਰਫ ਅਮੈਰੀਕਾ ਤੋਂ ਹੀ ਪੜ੍ਹੀ ਲਿਖੀ ਸੋਹਣੀ ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੀ ਨਿਊਯਾਰਕ ਜਾਂ ਨਿਊਜਰਸੀ ਤੋਂ ਹੋਣੀ ਚਾਹੀਦੀ ਹੈ ਅਤੇ ਜਾਤ ਪਾਤ ਦਾ ਕੋਈ ਬੰਧਨ ਨਹੀਂ ਹੈ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਪਰਿਵਾਰ ਨੂੰ ਸੰਪਰਕ ਨਾ ਕਰਨ। ਵਧੇਰੇ ਜਾਣਕਾਰੀ ਲਈ ਨੰਬਰ ਹੈ ਜੀ 5168527032। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ, ਲੜਕੀ ਦੀ ਲੋੜ ਦੇ ਲਈ। ਕੈਨੇਡੀਅਨ ਵਰਕ ਪਰਮਿਟ ਹੋਲਡਰ, ਜੱਟ ਸਿੱਖ, ਵੈਸ਼ਨੋ, ਹੈਂਡਸਮ, ਪਗੜੀਧਾਰੀ, 1988 ਬੋਰਨ, ਕੱਦ 5'10", MSc ਕੈਮਿਸਟਰੀ, ਅਕਾਊਂਟਿੰਗ ਫਰਮ ਵਿੱਚ ਚੰਗੀ ਜੋਬ ਕਰਦੇ ਲੜਕੇ ਲਈ ਕੈਨੇਡੀਅਨ ਅਮੈਰੀਕਨ ਸਿਟੀਜ਼ਨ PR ਵਰਕ ਪਰਮਿਟ 'ਤੇ ਆਈ ਲੜਕੀ ਦੀ ਬਰਾਬਰ ਯੋਗਤਾ ਵਾਲੀ ਸੁੰਦਰ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਕੈਨੇਡਾ ਵਿੱਚ ਵੈਲ ਸੈਟਲਡ ਹੈ, ਵਿਆਹ ਕੈਨੇਡਾ ਵਿੱਚ ਹੀ ਕੀਤਾ ਜਾਵੇਗਾ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮਾਫ਼ ਕਰਨ, ਅਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਨੂੰ 6479962283 ਜਾਂ 5199659798 'ਤੇ। ਅਗਲਾ ਰਿਸ਼ਤਾ ਮੈਂ ਪੜ੍ਹ ਜਾ ਰਹੀ ਹਾਂ ਵਰਦੀ ਲੋੜ ਲਈ। ਵੈਲ ਸੈਟਲਡ ਕੈਨੇਡੀਅਨ ਜੱਟ ਸਿੱਖ ਸੰਧੂ ਪੇਰੈਂਟਸ ਨੂੰ ਆਪਣੀ ਕੈਨੇਡੀਅਨ ਬੋਰਨ ਐਂਡ ਰੇਜ਼ਡ ਬੇਟੀ, ਉਮਰ ਹੈ 29 ਸਾਲ, ਕੱਦ ਹੈ 5'7", ਰਜਿਸਟਰਡ ਨਰਸ ਹੈ, ਇਸ ਸਮੇਂ ਹੋਸਪਿਟਲ ਵਿੱਚ ਵਧੀਆ ਜੋਬ ਕਰ ਰਹੀ ਹੈ, ਅਮੈਰੀਕਾ ਦੇ ਹੋਸਪਿਟਲ ਦਾ 2 ਸਾਲ ਦਾ ਤਜਰਬਾ ਵੀ ਰੱਖਦੀ ਹੈ, ਸੋਹਣੀ ਸੁਨੱਖੀ ਪਰਿਵਾਰਕ ਲੜਕੀ ਲਈ ਕੈਨੇਡਾ ਤੋਂ ਜੰਪਲ ਜਾਂ ਸਿਟੀਜ਼ਨ, ਪ੍ਰੋਫੈਸ਼ਨਲੀ ਕੁਆਲੀਫਾਈਡ, ਹੈਂਡਸਮ, ਨਸ਼ਿਆਂ ਤੋਂ ਰਹਿਤ, ਵੈਲ ਸੈਟਲਡ ਜੱਟ ਸਿੱਖ ਪਰਿਵਾਰ ਦੇ ਲੜਕੇ ਦੀ ਲੋੜ ਹੈ। ਓਨਟੈਰੀਓ ਦੇ ਲੜਕੇ ਨੂੰ ਪਹਿਲ ਦਿੱਤੀ ਜਾਵੇਗੀ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਉਹਨਾਂ ਨੂੰ ਕਾਲ ਨਾ ਕਰਨ। ਆਪਣੀ ਫੋਟੋ ਅਤੇ ਬਾਇਓਡਾਟਾ ਤੁਸੀਂ ਵਟਸਐਪ 'ਤੇ ਭੇਜ ਸਕਦੇ ਹੋ ਅਤੇ ਸੰਪਰਕ ਕਰ ਸਕਦੇ ਹੋ। ਨੰਬਰ ਨੋਟ ਕਰ ਲਓ ਜੀ 4168280101। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ, ਲੜਕੀ ਦੀ ਲੋੜ ਦੇ ਲਈ। ਅਮੈਰੀਕਾ ਵਿੱਚ ਵੈਲ ਸੈਟਲਡ ਸੈਣੀ ਸਿੱਖ ਪਰਿਵਾਰ ਦਾ ਅਮਰੀਕਨ ਸਿਟੀਜ਼ਨ ਬੇਟਾ, 1992 ਬੋਰਨ, ਕੱਦ 5'10", ਪੜ੍ਹੇ ਲਿਖੇ, ਹੈਂਡਸਮ, ਕੰਸਟਰਕਸ਼ਨ ਦੀ ਵਧੀਆ ਜੋਬ ਕਰਦੇ, ਨਸ਼ਿਆਂ ਤੋਂ ਰਹਿਤ ਲੜਕੇ ਲਈ ਅਮਰੀਕਾ ਜਾਂ ਕੈਨੇਡਾ ਤੋਂ ਪੜ੍ਹੀ ਲਿਖੀ ਸੁੰਦਰ, ਸੁਸ਼ੀਲ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੱਡੀ, ਵਿਜ਼ਿਟਰ ਜਾਂ ਵਰਕ ਪਰਮਿਟ 'ਤੇ ਆਈ ਲੜਕੀ 'ਤੇ ਵੀ ਵਿਚਾਰ ਕੀਤਾ ਜਾਵੇਗਾ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮਾਫ਼ ਕਰਨ, ਅਤੇ ਤੁਸੀਂ ਇਹਨਾਂ ਨੂੰ ਕਾਲ ਵੀ ਕਰ ਸਕਦੇ ਹੋ ਜੀ 2019521866 ਜਾਂ 2019521377 'ਤੇ। ਅਗਲਾ ਰਿਸ਼ਤਾ ਮੈਂ ਪੜ੍ਹ ਜਾ ਰਹੀ ਹਾਂ ਲੜਕੀ ਦੀ ਲੋੜ ਲਈ। ਕੈਨੇਡਾ 'ਚ ਸਟੂਡੈਂਟ ਵੀਜ਼ੇ 'ਤੇ ਆਏ ਜੱਟ ਸਿੱਖ, February 1996 ਬੋਰਨ, ਕੱਦ ਹੈ 5'11", ਕੈਨੇਡਾ ਤੋਂ ਮਕੈਨੀਕਲ ਇੰਜੀਨੀਅਰਿੰਗ ਡਿਪਲੋਮਾ ਹੋਲਡਰ, ਇਸ ਸਮੇਂ ਅਮੈਜ਼ੋਨ ਕੰਪਨੀ ਵਿੱਚ ਵਧੀਆ ਜੋਬ ਕਰ ਰਹੇ, ਹੈਂਡਸਮ, ਨਸ਼ਿਆਂ ਤੋਂ ਰਹਿਤ, ਇੰਡੀਆ ਵਿੱਚ 16 ਕਿੱਲੇ ਜ਼ਮੀਨ ਦੇ ਮਾਲਕ ਅਤੇ ਪਰਿਵਾਰ ਦਾ ਆਪਣਾ ਬਿਜ਼ਨਸ ਵੀ ਹੈ। ਇਕਲੌਤੇ ਲੜਕੇ ਲਈ
ਕੈਨੇਡਾ ਜਾਂ ਅਮੈਰੀਕਾ ਤੋਂ ਸਿਟੀਜ਼ਨ ਜਾਂ ਪੀਆਰ ਪੜ੍ਹੀ ਲਿਖੀ ਸੋਹਣੀ ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਕੋਲ ਅਮੈਰੀਕਾ ਦਾ 10 ਸਾਲ ਦਾ ਵੀਜ਼ਾ ਵੀ ਹੈ ਅਤੇ ਮਾਤਾ ਪਿਤਾ ਵੀ ਕੈਨੇਡਾ ਵਿੱਚ ਵਿਜ਼ਟਰ ਵੀਜ਼ੇ 'ਤੇ ਆ ਕੇ ਆ ਚੁੱਕੇ ਹਨ। ਮੈਰਿਜ ਬਿਊਰੋ ਵਾਲੇ ਸੰਪਰਕ ਨਾ ਕਰਨ, ਵਧੇਰੇ ਜਾਣਕਾਰੀ ਲਈ ਉਹਨਾਂ ਦਾ ਨੰਬਰ ਹੈ ਜੀ +91 9814789294 ਜਾਂ 1-308-672-0449। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ, ਲੜਕੀ ਦੀ ਲੋੜ ਦੇ ਲਈ। ਕੈਨੇਡਾ ਵਿੱਚ ਵਿਜ਼ਟਰ ਵੀਜ਼ੇ 'ਤੇ ਆਇਆ ਜੱਟ ਸਿੱਖ ਧਾਲੀਵਾਲ, ਇਕਲੌਤਾ, ਉਮਰ 34 ਸਾਲ ਦੇ, ਕੱਦ 5 ਫੁੱਟ 10 ਇੰਚ, ਗ੍ਰੈਜੂਏਟ, ਨਸ਼ਿਆਂ ਤੋਂ ਰਹਿਤ, ਹੈਂਡਸਮ, ਨੈਵਰ ਮੈਰਿਡ, ਇੰਡੀਆ ਵਿੱਚ ਕਾਫੀ ਪ੍ਰੋਪਰਟੀ ਦੇ ਮਾਲਕ, ਵੈਸ਼ਨੋ ਲੜਕੇ ਲਈ ਕੈਨੇਡਾ ਅਮੈਰੀਕਾ ਤੋਂ ਸਿਟੀਜ਼ਨ ਪੀਆਰ ਜਾਂ ਵਰਕ ਪਰਮਿਟ 'ਤੇ ਆਈ ਪਰਿਵਾਰਕ ਲੜਕੀ ਦੀ ਲੋੜ ਹੈ ਜੀ। ਲੜਕੇ ਦੀਆਂ ਭੈਣਾਂ ਵਿਆਹੀਆਂ ਹੋਈਆਂ ਹਨ ਅਤੇ ਵੈਲ ਸੈਟਲਡ ਹਨ। ਆਪਣੇ ਮਾਤਾ ਪਿਤਾ ਵੀ ਵਿਜ਼ਟਰ ਵੀਜ਼ੇ 'ਤੇ ਕੈਨੇਡਾ ਆਏ ਹੋਏ ਹਨ। ਜਾਤ ਪਾਤ ਦਾ ਕੋਈ ਬੰਧਨ ਨਹੀਂ। ਤਲਾਕਸ਼ੁਦਾ ਲੜਕੀ 'ਤੇ ਵੀ ਵਿਚਾਰ ਕੀਤਾ ਜਾਵੇਗਾ ਅਤੇ ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮਾਫ਼ ਕਰਨ। ਤੁਸੀਂ ਇਹਨਾਂ ਨਾਲ ਸੰਪਰਕ ਕਰਨ ਲਈ ਇਹਨਾਂ ਨੂੰ ਕਾਲ ਕਰ ਸਕਦੇ ਹੋ 416-315-0894 ਜਾਂ 647-229-1480 'ਤੇ। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਵਰਦੀ ਲੋੜ ਲਈ। ਅਮੈਰੀਕਨ ਸਿਟੀਜ਼ਨ ਜੱਟ ਸਿੱਖ, 1987 ਬੋਰਨ, ਕੱਦ ਹੈ 5 ਫੁੱਟ 3 ਇੰਚ, ਐਸੋਸੀਏਟ ਇਨ ਰੇਡੀਏਸ਼ਨ ਟੈਕਨੋਲੋਜੀ, ਬੈਚਲਰ ਇਨ ਇਨਫੋਰਮੇਸ਼ਨ ਸਿਸਟਮਸ, ਵਧੀਆ ਸਰਕਾਰੀ ਜੋਬ ਕਰ ਰਹੀ ਸੋਹਣੀ ਸੁਨੱਖੀ ਪਰਿਵਾਰਕ ਲੜਕੀ ਲਈ ਪੜ੍ਹੇ ਲਿਖੇ ਜੱਟ ਸਿੱਖ ਨਸ਼ਿਆਂ ਤੋਂ ਰਹਿਤ ਵੈਲ ਸੈਟਲ ਲੜਕੇ ਦੀ ਲੋੜ ਹੈ। ਅਮੈਰੀਕਨ ਗ੍ਰੀਨ ਕਾਰਡ ਹੋਲਡਰ, ਸਟੂਡੈਂਟ ਵੀਜ਼ੇ 'ਤੇ ਜਾਂ ਵਿਜ਼ਟਰ ਵੀਜ਼ੇ 'ਤੇ ਆਏ ਜਾਂ ਕੈਨੇਡਾ 'ਚ ਸਟੂਡੈਂਟ ਵਿਜ਼ਟਰ ਆਏ ਲੜਕੇ ਜੋ ਅਮੈਰੀਕਾ ਮੂਵ ਹੋਣ ਦੇ ਚਾਹਵਾਨ ਹੋਣ, ਉਹ ਵੀ ਸੰਪਰਕ ਕਰ ਸਕਦੇ ਹਨ। ਇੰਡੀਆ ਰਹਿੰਦੇ ਲੜਕੇ ਅਤੇ ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਉਹਨਾਂ ਨੂੰ ਮਾਫ਼ ਕਰਨ। ਵਧੇਰੇ ਜਾਣਕਾਰੀ ਲਈ ਨੰਬਰ ਹੈ ਜੀ 1-516-846-8637। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ ਵਰਦੀ ਲੋੜ ਦੇ ਲਈ। ਕੈਨੇਡੀਅਨ ਸਿਟੀਜ਼ਨ ਜੱਟ ਸਿੱਖ ਸਿੱਧੂ, ਉਮਰ 32 ਸਾਲ, ਕੱਦ 5 ਫੁੱਟ 7 ਇੰਚ, ਬੈਚਲਰ ਡਿਗਰੀ ਹੋਲਡਰ, ਵਧੀਆ ਜੋਬ ਕਰਦੀ ਸੋਹਣੀ ਸੁਨੱਖੀ ਪਰਿਵਾਰਕ ਲੜਕੀ ਲਈ ਪੜ੍ਹੇ ਲਿਖੇ, ਨਸ਼ਿਆਂ ਤੋਂ ਰਹਿਤ, ਲੰਬੇ, ਹੈਂਡਸਮ ਅਤੇ ਵੈਲ ਸੈਟਲਡ, ਇੰਡੀਆ ਦੇ ਜੰਪਲ ਪਰਿਵਾਰਕ ਜੱਟ ਸਿੱਖ ਲੜਕੇ ਦੀ ਲੋੜ ਹੈ। ਸਟੂਡੈਂਟ ਵਰਕ ਪਰਮਿਟ 'ਤੇ ਕੈਨੇਡਾ ਰਹਿੰਦੇ ਲੜਕੇ 'ਤੇ ਵੀ ਵਿਚਾਰ ਕੀਤੀ ਜਾਵੇਗੀ। ਇੰਡੀਆ ਰਹਿੰਦੇ ਪਰਿਵਾਰ ਵੀ ਸੰਪਰਕ ਕਰ ਸਕਦੇ ਹਨ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮਾਫ਼ ਕਰਨ। ਤੁਸੀਂ ਇਹਨਾਂ ਨੂੰ ਫੋਟੋ ਜਾਂ ਬਾਇਓਡਾਟਾ ਤੁਸੀਂ ਭੇਜ ਸਕਦੇ ਹੋ। ਨੰਬਰ ਹੈ ਜੀ ਇਹਨਾਂ ਦਾ 6473300731। ਅਗਲਾ ਰਿਸ਼ਤਾ ਵੀ ਵਰਦੀ ਲੋੜ ਲਈ ਹੈ। ਕੈਨੇਡੀਅਨ ਸਿਟੀਜ਼ਨ ਜੱਟ ਸਿੱਖ, 1995 ਬੋਰਨ, ਕੱਦ ਹੈ 5 ਫੁੱਟ 8 ਇੰਚ, ਹਿਊਮਨ ਰਿਸੋਰਸਿਸ ਦੀ ਸਟੱਡੀ ਕਰ ਰਹੀ ਅਤੇ ਨਾਲ ਹੋਸਪਿਟਲ ਵਿੱਚ ਵਧੀਆ ਜੋਬ ਕਰਦੀ ਸੋਹਣੀ ਸੁਨੱਖੀ ਪਤਲੀ ਆਪਣੇ ਪਰਿਵਾਰ ਨਾਲ ਰਹਿੰਦੀ ਲੜਕੀ ਲਈ ਕੈਨੇਡੀਅਨ ਸਿਟੀਜ਼ਨ ਜਾਂ PR ਜੱਟ ਸਿੱਖ ਨਸ਼ਿਆਂ ਤੋਂ ਰਹਿਤ ਪੜ੍ਹੇ ਲਿਖੇ ਵੈਲ ਸੈਟਲਡ ਪਰਿਵਾਰਕ ਲੜਕੇ ਦੀ ਲੋੜ ਹੈ। ਲੜਕੇ ਦਾ ਕੱਦ ਘੱਟੋ ਘੱਟ 6 ਫੁੱਟ ਹੋਣਾ ਚਾਹੀਦਾ ਹੈ। ਵੈਨਕੂਵਰ ਏਰੀਏ ਨੂੰ ਪਹਿਲ ਦਿੱਤੀ ਜਾਵੇਗੀ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮਾਫ਼ ਕਰਨ। ਸੰਪਰਕ ਕਰਨ ਲਈ ਫੋਨ ਹੈ ਜੀ 1-236-838-6487। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ ਵਰਦੀ ਲੋੜ ਦੇ ਲਈ। ਕੈਨੇਡੀਅਨ PR ਜੱਟ ਸਿੱਖ ਸਿੱਧੂ, ਉਮਰ 29 ਸਾਲ, ਕੱਦ 5 ਫੁੱਟ 4 ਇੰਚ, ਕੈਨੇਡਾ ਤੋਂ ਗ੍ਰੈਜੂਏਟ, ਮੈਡੀਕਲ ਆਫਿਸਰ ਐਡਮਿਨਿਸਟ੍ਰੇਸ਼ਨ ਦੀ ਵਧੀਆ ਜੋਬ ਕਰਦੀ ਸੋਹਣੀ ਸੁਨੱਖੀ ਪਰਿਵਾਰਕ ਲੜਕੀ ਲਈ ਕੈਨੇਡਾ ਤੋਂ ਪੜ੍ਹੇ ਲਿਖੇ, ਨਸ਼ਿਆਂ ਤੋਂ ਰਹਿਤ, ਵੈਲ ਸੈਟਲਡ,
ਸਿਟੀਜ਼ਨ ਪੀ ਆਰ ਜਾਂ ਵਰਕ ਪਰਮਿਟ 'ਤੇ ਆਏ ਲੜਕੇ ਦੀ ਲੋੜ ਹੈ। ਮਾਲਵੇ 'ਤੇ ਜੀ ਟੀ ਏ ਨੂੰ ਵੀ ਪਹਿਲ ਦਿੱਤੀ ਜਾਵੇਗੀ। ਲੜਕੀ ਦਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮਾਫ਼ ਕਰਨ, ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਜੀ 6475245911 'ਤੇ। ਅਗਲਾ ਰਿਸ਼ਤਾ ਮੈਂ ਪੜ੍ਹ ਜਾ ਰਹੀ ਹਾਂ ਲੜਕੀ ਦੀ ਲੋੜ ਲਈ। ਵੈਲ ਸੈਟਲ ਜੱਟ ਸਿੱਖ ਪਰਿਵਾਰ ਨੂੰ ਆਪਣੇ ਬੇਟੇ ਜੋ ਕਿ ਕੈਨੇਡੀਅਨ ਸਿਟੀਜ਼ਨ ਹੈ, 1983 ਬੋਰਨ, ਕੱਦ 5'11", ਐਥਲੈਟਿਕ ਬਿਲਟ, ਵੈਲ ਐਸਟੈਬਲਿਸ਼ਡ ਪ੍ਰੋਫੈਸ਼ਨਲ ਅਤੇ ਬਿਜ਼ਨਸਮੈਨ, ਜਿਸ ਕੋਲ ਕੈਨੇਡੀਅਨ ਯੂਨੀਵਰਸਿਟੀ ਤੋਂ ਮਾਸਟਰਸ ਡਿਗਰੀ ਹੈ, ਅਤੇ ਇਸ ਲੜਕੇ ਲਈ ਕੈਨੇਡਾ ਰਹਿੰਦੀ ਸਿਟੀਜ਼ਨ ਪੀ ਆਰ ਵਿਜ਼ਟਰ ਜਾਂ ਸਟੂਡੈਂਟ ਵੀਜ਼ੇ 'ਤੇ ਕੈਨੇਡਾ ਆਈ ਪੜ੍ਹੀ ਲਿਖੀ ਸੋਹਣੀ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀਆਂ ਅਤੇ ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਸੰਪਰਕ ਨਾ ਕਰਨ। ਆਪਣਾ ਬਾਇਓਡਾਟਾ ਅਤੇ ਰੀਸੈਂਟ ਫੁੱਲ ਪਿਕਚਰਸ ਤੁਸੀਂ ਉਹਨਾਂ ਨੂੰ ਭੇਜ ਸਕਦੇ ਹੋ ਈਮੇਲ 'ਤੇ। ਈਮੇਲ ਐਡਰੈਸ ਹੈ ਜੀ CONNECTTOR83@gmail.com। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ ਵਰਦੀ ਲੋੜ ਦੇ ਲਈ। ਕੈਨੇਡਾ ਵਿੱਚ ਵਿਜ਼ਟਰ ਵੀਜ਼ੇ 'ਤੇ ਆਈ ਜੱਟ ਸਿੱਖ, 1995 ਬੋਰਨ, ਕੱਦ 5'5", ਮੋਗੇ ਜ਼ਿਲ੍ਹੇ ਨਾਲ ਸੰਬੰਧਿਤ, BSc ਨਰਸਿੰਗ ਇੰਡੀਆ ਤੋਂ, 5 ਸਾਲ ਦਾ ਨਰਸਿੰਗ ਦਾ ਤਜਰਬਾ, ਕੈਲਗਰੀ ਰਹਿੰਦੀ ਸੋਹਣੀ ਪਰਿਵਾਰਕ ਲੜਕੀ ਲਈ ਕੈਨੇਡਾ ਤੋਂ ਸਿਟੀਜ਼ਨ ਪੀ ਆਰ ਪੜ੍ਹੇ ਲਿਖੇ ਨਸ਼ਿਆਂ ਤੋਂ ਰਹਿਤ ਵੈਲ ਸੈਟਲ ਲੜਕੇ ਦੀ ਲੋੜ ਹੈ ਜੀ। ਕੈਲਗਰੀ ਰਹਿੰਦੇ ਲੜਕੇ ਨੂੰ ਪਹਿਲ ਦਿੱਤੀ ਜਾਵੇਗੀ। ਲੜਕੀ ਦੇ ਰਿਸ਼ਤੇਦਾਰ ਕੈਨੇਡਾ 'ਚ ਵੈਲ ਸੈਟਲਡ ਹਨ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮਾਫ਼ ਕਰਨ, ਅਤੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਵਟਸਐਪ ਨੰਬਰ ਹੈ ਜੀ 9465714865 ਜਾਂ 4372191069, ਅਤੇ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ। ਅਗਲਾ ਰਿਸ਼ਤਾ ਮੈਂ ਪੜ੍ਹ ਜਾ ਰਹੀ ਹਾਂ ਜੀ ਲੜਕੀ ਦੀ ਲੋੜ ਲਈ। ਅਮੈਰੀਕਨ ਸਿਟੀਜ਼ਨ ਰਾਮਗੜੀਆ ਸਿੱਖ ਪਰਿਵਾਰ ਦਾ ਬੇਟਾ, 1984 ਬੋਰਨ, ਕੱਦ ਹੈ 5'10", BTech ਐਡਵਾਂਸ IT ਦੀ ਪੜ੍ਹਾਈ ਕਰ ਰਹੇ ਅਤੇ ਨਾਲ ਸੀਨੀਅਰ ਓਪਸ ਐਡਮਿਨਿਸਟ੍ਰੇਟਰ ਦੀ ਵਧੀਆ ਜੌਬ ਕਰਦੇ, ਕੈਲੀਫੋਰਨੀਆ ਰਹਿੰਦੇ ਹੈਂਡਸਮ, ਵਿਆਹ ਤੋਂ ਕੁਝ ਸਮਾਂ ਬਾਅਦ ਹੀ ਬੇਕਸੂਰ ਤਲਾਕਸ਼ੁਦਾ, ਕੋਈ ਬੱਚਾ ਨਹੀਂ। ਨਸ਼ਿਆਂ ਤੋਂ ਰਹਿਤ ਲੜਕੇ ਲਈ ਅਮੈਰੀਕਨ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ, ਪੜ੍ਹੀ ਲਿਖੀ ਸੋਹਣੀ ਪਰਿਵਾਰਕ ਲੜਕੀ ਦੀ ਲੋੜ ਹੈ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਉਹਨਾਂ ਨੂੰ ਮਾਫ਼ ਕਰਨ। ਵਧੇਰੇ ਜਾਣਕਾਰੀ ਲਈ ਨੰਬਰ ਹੈ ਜੀ 5102001772। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ ਲੜਕੀ ਦੀ ਲੋੜ ਦੇ ਲਈ। ਕੈਨੇਡੀਅਨ ਜੰਮਪਲ ਅੰਮ੍ਰਿਤਧਾਰੀ ਜੱਟ ਸਿੱਖ, 1990 ਬੋਰਨ, ਕੱਦ 5'11", BBA ਕਰਕੇ ਵਧੀਆ ਜੌਬ ਕਰ ਰਹੇ, ਚੰਗੀ ਪਰਸਨੈਲਿਟੀ ਦੇ ਮਾਲਕ ਅਤੇ ਪਰਿਵਾਰ ਦੇ ਨਾਲ ਰਹਿ ਰਹੇ ਲੜਕੇ ਲਈ ਜੱਟ ਸਿੱਖ ਅੰਮ੍ਰਿਤਧਾਰੀ ਕੈਨੇਡੀਅਨ ਸਿਟੀਜ਼ਨ ਜਾਂ ਇਮੀਗ੍ਰੈਂਟ, ਪਤਲੀ ਸੁਨੱਖੀ ਲੜਕੀ ਦੀ ਲੋੜ ਹੈ। ਕੈਨੇਡਾ 'ਚ ਵਰਕ ਪਰਮਿਟ, ਸਟੂਡੈਂਟ ਵਿਜ਼ਟਰ ਵੀਜ਼ੇ 'ਤੇ ਆਈ ਲੜਕੀ 'ਤੇ ਵੀ ਵਿਚਾਰ ਕੀਤਾ ਜਾਵੇਗਾ। ਤੁਸੀਂ ਸੰਪਰਕ ਕਰਨ ਦੇ ਲਈ ਇਹਨਾਂ ਨੂੰ ਕਾਲ ਕਰ ਸਕਦੇ ਹੋ ਜੀ 9056129256 'ਤੇ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮਾਫ਼ ਕਰਨ। ਅਗਲਾ ਰਿਸ਼ਤਾ ਮੈਂ ਪੜ੍ਹ ਜਾ ਰਹੀ ਹਾਂ ਵਰਦੀ ਲੋੜ ਲਈ। ਕੈਨੇਡੀਅਨ ਪੀ ਆਰ ਜੱਟ ਸਿੱਖ ਗਿੱਲ, ਉਮਰ 26 ਸਾਲ, ਕੱਦ ਹੈ 5'5", ਕੈਮੀਕਲ ਇੰਜੀਨੀਅਰਿੰਗ ਟੈਕਨੋਲੋਜੀ ਡਿਪਲੋਮਾ ਹੋਲਡਰ, ਇਸ ਸਮੇਂ ਬਿਜ਼ਨਸ ਮੈਨੇਜਮੈਂਟ ਦੀ ਬੈਚਲਰਸ ਕਰਦੇ ਅਤੇ ਨਾਲ ਮੈਨੇਜਰ ਦੀ ਵਧੀਆ ਜੌਬ ਵੀ ਕਰ ਰਹੀ ਸੋਹਣੀ ਸੁਨੱਖੀ ਪਰਿਵਾਰਕ ਲੜਕੀ ਲਈ ਕੈਨੇਡਾ ਜਾਂ ਅਮੈਰੀਕਾ ਤੋਂ ਪ੍ਰੋਫੈਸ਼ਨਲੀ ਕੁਆਲੀਫਾਈਡ, ਨਸ਼ਿਆਂ ਤੋਂ ਰਹਿਤ, ਹੈਂਡਸਮ, ਵੈਲ ਸੈਟਲ ਲੜਕੇ ਦੀ ਲੋੜ ਹੈ। ਲੜਕੀ ਦੇ ਰਿਸ਼ਤੇਦਾਰ ਕੈਨੇਡਾ ਵਿੱਚ ਵੈਲ ਸੈਟਲਡ ਹਨ ਅਤੇ ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਉਹਨਾਂ ਨੂੰ ਮਾਫ਼ ਕਰਨ।
ਵਧੇਰੇ ਜਾਣਕਾਰੀ ਲਈ ਨੰਬਰ ਹੈ ਜੀ 416-312-1316 ਜਾਂ +91-77430-8579-0। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ, ਵਰਦੀ ਲੋੜ ਦੇ ਲਈ। ਕੈਨੇਡੀਅਨ ਜੰਪਾਲ, ਖੱਤਰੀ ਸਿੱਖ, ਉਮਰ 34 ਸਾਲ, ਕੱਦ 5 ਫੁੱਟ 4 ਇੰਚ, ਹਿਊਮਨ ਰਿਸੋਰਸਿਸ ਡਿਗਰੀ ਹੋਲਡਰ, IT ਕੰਪਨੀ ਵਿੱਚ ਵਧੀਆ ਜੋਬ ਕਰਦੀ, ਸੋਹਣੀ ਸੁਨੱਖੀ ਪਰਿਵਾਰਕ ਲੜਕੀ ਲਈ ਪ੍ਰੋਫੈਸ਼ਨਲੀ ਕੁਆਲੀਫਾਈਡ ਇੰਪਲੋਏ, ਨਸ਼ਿਆਂ ਤੋਂ ਰਹਿਤ, ਹੈਂਡਸਮ, ਵੈਲ ਸੈਟਲਡ ਲੜਕੇ ਦੀ, ਕੈਨੇਡਾ ਤੋਂ ਸਿਟੀਜ਼ਨ PR ਲੜਕੇ ਦੀ ਲੋੜ ਹੈ। ਜਾਤ ਪਾਤ ਦਾ ਕੋਈ ਬੰਧਨ ਨਹੀਂ, ਲੜਕੀ ਦਾ ਪਰਿਵਾਰ ਵੈਲ ਸੈਟਲਡ ਹੈ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮੁਆਫ ਕਰਨ, ਤੇ ਤੁਸੀਂ ਇਹਨਾਂ ਨੂੰ ਸੰਪਰਕ ਕਰਨ ਲਈ ਕਾਲ ਕਰ ਸਕਦੇ ਹੋ ਜੀ 4377-788-1869 ਤੇ। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ, ਲੜਕੀ ਦੀ ਲੋੜ ਲਈ। ਅਮੈਰੀਕਨ ਸਿਟੀਜ਼ਨ ਜੱਟ ਸਿੱਖ, ਬੈਨੀਪਾਲ, ਨਵੰਬਰ 1982 ਬੋਰਨ, ਕੱਦ ਹੈ 6 ਫੁੱਟ 1 ਇੰਚ, ਸੈਲਫ ਇੰਪਲੋਇਡ, ਹੈਂਡਸਮ, ਚੰਗੀ ਪਰਸਨੈਲਿਟੀ ਵਾਲੇ, ਨਸ਼ਿਆਂ ਤੋਂ ਰਹਿਤ, ਨੈਵਰ ਮੈਰਿਡ, ਇੰਡੀਆ 'ਚ ਕਾਫੀ ਸ਼ਹਿਰੀ ਜਾਇਦਾਦ ਦੇ ਮਾਲਕ ਲੜਕੇ ਲਈ ਅਮੈਰੀਕਾ ਜਾਂ ਕੈਨੇਡਾ ਤੋਂ ਅਮੈਰੀਕਾ ਮੂਵ ਹੋਣ ਦੀ ਚਾਹਵਾਨ, ਪੜ੍ਹੀ ਲਿਖੀ, ਸੋਹਣੀ, ਪਰਿਵਾਰਕ, ਘੱਟੋ ਘੱਟ 5 ਫੁੱਟ 5 ਇੰਚ ਲੰਮੀ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ 'ਤੇ ਆਈ ਜਾਂ ਇੰਡੀਆ ਤੋਂ BSc ਨਰਸਿੰਗ ਲੜਕੀ 'ਤੇ ਵੀ ਵਿਚਾਰ ਕੀਤੀ ਜਾਵੇਗੀ। ਲੜਕੇ ਦਾ ਪਰਿਵਾਰ ਕੈਨੇਡਾ 'ਚ ਵੈਲ ਸੈਟਲਡ ਹੈ, ਪਰ ਮੈਰਿਜ ਬਿਊਰੋ ਵਾਲੇ ਉਹਨਾਂ ਨੂੰ ਸੰਪਰਕ ਨਾ ਕਰਨ। ਆਪਣੀ ਫੋਟੋ ਭੇਜ ਕੇ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ। ਵਟਸਐਪ ਨੰਬਰ ਹੈ ਜੀ 1-484-340-2802 ਅਤੇ ਦੂਸਰਾ ਨੰਬਰ ਹੈ 1-778-814-7573। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ, ਵਰਦੀ ਲੋੜ ਦੇ ਲਈ। ਕੈਨੇਡਾ 'ਚ ਵਿਜ਼ਟਰ ਵੀਜ਼ਾ 'ਤੇ ਆਈ ਜੱਟ ਸਿੱਖ, ਉਮਰ 44 ਸਾਲ, ਕੱਦ 5 ਫੁੱਟ 6 ਇੰਚ, ਪੜ੍ਹੀ ਲਿਖੀ, ਵਿਧਵਾ, 2 ਬੱਚੇ 20 ਅਤੇ 19 ਸਾਲ ਦੇ, ਬੇਟੀ ਸਟੂਡੈਂਟ ਵੀਜ਼ੇ 'ਤੇ ਕੈਨੇਡਾ ਦੇ ਵਿੱਚ ਪੜ੍ਹ ਰਹੀ ਹੈ। ਪਰਿਵਾਰਕ ਮਹਿਲਾ ਲਈ ਕੈਨੇਡਾ ਤੋਂ ਵਿਜ਼ਟਰ PR, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਜੀਵਨ ਸਾਥੀ ਦੀ ਲੋੜ ਹੈ। ਤਲਾਕਸ਼ੁਦਾ ਅਤੇ ਵਿਧੁਰ ਵਰਗ 'ਤੇ ਵੀ ਵਿਚਾਰ ਕੀਤਾ ਜਾਵੇਗਾ। ਜਾਤ ਪਾਤ ਦਾ ਕੋਈ ਬੰਧਨ ਨਹੀਂ, ਰਿਸ਼ਤੇਦਾਰ ਕੈਨੇਡਾ 'ਚ ਵੈਲ ਸੈਟਲਡ ਹਨ ਅਤੇ ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮੁਆਫ ਕਰਨ। ਸੰਪਰਕ ਕਰਨ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ 2-4-9-6-8-8-2-0-9-5 ਜਾਂ 2-0-4-9-1-5-8-6-2-1 ਤੇ। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਵਰਦੀ ਲੋੜ ਲਈ। ਕੈਨੇਡੀਅਨ PR ਜੱਟ ਸਿੱਖ ਬਾਠ, 1992 ਬੋਰਨ, ਕੱਦ ਹੈ 5 ਫੁੱਟ 7 ਇੰਚ, ਫਾਰਮੇਸੀ ਟੈਕਨੀਸ਼ੀਅਨ ਡਿਗਰੀ ਹੋਲਡਰ, ਹੋਸਪਿਟਲ ਵਿੱਚ ਵਧੀਆ ਜੋਬ ਕਰਦੀ ਅਤੇ ਨਾਲ ਫਾਰਮਾਸਿਸਟ ਦੇ ਪੇਪਰ ਦੀ ਤਿਆਰੀ ਕਰ ਰਹੀ, ਸੋਹਣੀ ਸੁਨੱਖੀ ਪਰਿਵਾਰਕ ਲੜਕੀ ਲਈ ਕੈਨੇਡਾ ਤੋਂ ਬਰਾਬਰ ਯੋਗਤਾ ਵਾਲੇ, ਹੈਂਡਸਮ, ਨਸ਼ਿਆਂ ਤੋਂ ਰਹਿਤ, ਵੈਲ ਸੈਟਲ ਲੜਕੇ ਦੀ ਲੋੜ ਹੈ। ਸਟੂਡੈਂਟ ਜਾਂ ਵਰਕ ਪਰਮਿਟ 'ਤੇ ਆਏ ਲੜਕੇ 'ਤੇ ਵੀ ਵਿਚਾਰ ਕੀਤੀ ਜਾ ਸਕਦੀ ਹੈ। ਫਤਿਹਗੜ੍ਹ, ਲੁਧਿਆਣਾ, ਪਟਿਆਲਾ ਏਰੀਏ ਨੂੰ ਪਹਿਲ। ਲੜਕੀ ਦਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ ਅਤੇ ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਉਹਨਾਂ ਨੂੰ ਮਾਫ ਕਰਨ। ਸੰਪਰਕ ਕਰਨ ਲਈ ਫੋਨ ਹੈ ਜੀ 6-477-1-3-6-4-1-3 ਜਾਂ 6-477-939-1-0-5-3। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ, ਲੜਕੀ ਦੀ ਲੋੜ ਦੇ ਲਈ। ਕੈਨੇਡਾ ਦੇ ਵਿੱਚ ਵਰਕ ਪਰਮਿਟ 'ਤੇ ਆਈ ਜੱਟ ਸਿੱਖ ਧਾਲੀਵਾਲ, ਉਮਰ 36 ਸਾਲ, ਕੱਦ 5 ਫੁੱਟ 6 ਇੰਚ, ਪੜ੍ਹੇ ਲਿਖੇ, ਕੰਸਟਰਕਸ਼ਨ ਦੀ ਵਧੀਆ ਜੋਬ ਕਰਦੇ, ਨੈਵਰ ਮੈਰਿਡ ਲੜਕੇ ਲਈ ਕੈਨੇਡਾ ਜਾਂ ਅਮਰੀਕਾ ਤੋਂ ਸਿਟੀਜ਼ਨ PR, ਪੜ੍ਹੀ ਲਿਖੀ, ਸੋਹਣੀ ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ 'ਤੇ ਵੀ ਵਿਚਾਰ ਕੀਤਾ ਜਾਵੇਗਾ। ਲੜਕੇ ਦਾ ਪਰਿਵਾਰ ਕੈਨੇਡਾ 'ਚ ਵੈਲ ਸੈਟਲਡ ਹੈ,
ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮਾਫ ਕਰਨ ਤੇ ਵਧੇਰੀ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਜੀ 7789330087 ਤੇ। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਲੜਕੀ ਦੀ ਲੋੜ ਲਈ। ਕੈਨੇਡਾ 'ਚ ਵਰਕ ਪਰਮਿਟ 'ਤੇ ਰਹਿੰਦੇ ਜੱਟ ਸਿੱਖ ਢਿੱਲੋਂ 1991 ਬੋਰਨ, ਕੱਦ ਹੈ 5'8", OT ਡਿਪਲੋਮਾ ਹੋਲਡਰ, ਵਧੀਆ ਜੋਬ ਕਰਦੇ, ਹੈਂਡਸਮ, ਵੈਸ਼ਨੂ, ਬਿਲਕੁਲ ਨਸ਼ਿਆਂ ਤੋਂ ਰਹਿਤ ਲੜਕੇ ਲਈ ਕੈਨੇਡਾ ਜਾਂ ਅਮੈਰੀਕਾ ਤੋਂ ਸਿਟੀਜ਼ਨ ਜਾਂ PR ਪੜ੍ਹੀ ਲਿਖੀ ਸੋਹਣੀ ਪਰਿਵਾਰਕ ਲੜਕੀ ਦੀ ਲੋੜ ਹੈ। ਲੜਕਾ ਸਰੀ ਕੈਨੇਡਾ ਵਿੱਚ ਰਹਿੰਦਾ ਹੈ ਅਤੇ ਉਸ ਕੋਲ ਅਮੈਰੀਕਾ ਦਾ ਵੀਜ਼ਾ ਵੀ ਹੈ। ਲੜਕੇ ਦੇ ਰਿਸ਼ਤੇਦਾਰ ਕੈਨੇਡਾ 'ਚ ਵੈਲ ਸੈਟਲਡ ਹਨ, ਮੈਰਿਜ ਬਿਊਰੋ ਵਾਲੇ ਮਾਫ ਕਰਨ। ਸੰਪਰਕ ਕਰਨ ਲਈ ਨੰਬਰ ਹੈ ਜੀ 1778-682-3631 ਜਾਂ 1604-780-5701। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ ਲੜਕੀ ਦੀ ਲੋੜ ਦੇ ਲਈ। ਕੈਨੇਡਾ 'ਚ ਵਿਜ਼ਟਰ ਵੀਜ਼ੇ 'ਤੇ ਆਏ ਜੱਟ ਸਿੱਖ ਰਾਏ, ਉਮਰ 28 ਸਾਲ, ਕੱਦ 5'4", BCOM ਇੰਡੀਆ 'ਚ 6.5 ਕਿੱਲੇ ਜ਼ਮੀਨ ਦੇ ਮਾਲਕ, ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ, ਹੈਂਡਸਮ, ਨਸ਼ਿਆਂ ਤੋਂ ਰਹਿਤ ਲੜਕੇ ਲਈ ਕੈਨੇਡਾ ਤੋਂ ਸਿਟੀਜ਼ਨ PR ਜਾਂ ਵਰਕ ਪਰਮਿਟ 'ਤੇ ਆਈ ਪੜ੍ਹੀ ਲਿਖੀ ਸੋਹਣੀ ਸੁਨੱਖੀ ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਕੈਨੇਡਾ 'ਚ ਵੈਲ ਸੈਟਲਡ ਹੈ ਅਤੇ ਮਾਤਾ ਪਿਤਾ ਦੀ ਵੀ ਵਿਜ਼ਟਰ ਵੀਜ਼ਾ ਲੱਗਿਆ ਹੋਇਆ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮਾਫ ਕਰਨ, ਮਾਲਵੇ ਨੂੰ ਪਹਿਲ ਦਿੱਤੀ ਜਾਵੇਗੀ ਤੇ ਤੁਸੀਂ ਸੰਪਰਕ ਕਰਨ ਦੇ ਲਈ ਇਹਨਾਂ ਨੂੰ ਕਾਲ ਕਰ ਸਕਦੇ ਹੋ ਜੀ 2899294928 ਜਾਂ 4374845911। ਅਗਲਾ ਰਿਸ਼ਤਾ ਮੈਂ ਪੜ੍ਹ ਜਾ ਰਹੀ ਹਾਂ ਵਰਦੀ ਲੋੜ ਲਈ। ਸੈਨੀ ਸਿੱਖ ਪਰਿਵਾਰ ਨੂੰ ਆਪਣੀ ਸੋਹਣੀ ਸੁਨੱਖੀ ਬੇਟੀ ਕੈਨੇਡੀਅਨ ਜੰਪਲ, ਉਮਰ 37 ਸਾਲ ਪਰ ਦੇਖਣ ਵਿੱਚ ਬਹੁਤ ਛੋਟੀ ਲੱਗਦੀ, ਕੱਦ 5'4", BCOM, ਬਹੁਤ ਵਧੀਆ ਜੋਬ ਕਰਦੀ, ਵੈਸ਼ਨੂ, ਪਤਲੀ, ਵਿਆਹ ਤੋਂ ਕੁਝ ਸਮਾਂ ਬਾਅਦ ਹੀ ਬੇਕਸੂਰ ਤਲਾਕਸ਼ੁਦਾ ਲੜਕੀ ਲਈ ਕੈਨੇਡਾ ਤੋਂ ਪੜ੍ਹੇ ਲਿਖੇ ਵੈਲ ਸੈਟਲ ਲੜਕੇ ਦੀ ਲੋੜ ਹੈ। ਵਰਕ ਪਰਮਿਟ 'ਤੇ ਆਏ ਚੰਗੇ ਪੜ੍ਹੇ ਲਿਖੇ ਲੜਕੇ 'ਤੇ ਵੀ ਵਿਚਾਰ ਕੀਤਾ ਜਾਵੇਗਾ। ਜਾਤ ਪਾਤ ਦਾ ਕੋਈ ਬੰਧਨ ਨਹੀਂ ਹੈ ਅਤੇ ਮੈਰਿਜ ਬਿਊਰੋ ਵਾਲੇ ਵੀ ਮਾਫ਼ ਕਰਨ। ਕੋਂਟੈਕਟ ਕਰਨ ਲਈ ਨੰਬਰ ਹੈ ਜੀ 4372475132। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ ਲੜਕੀ ਦੀ ਲੋੜ ਦੇ ਲਈ। ਕੈਨੇਡੀਅਨ ਜੰਪਲ, ਜੱਟ ਸਿੱਖ ਬਰਾੜ, ਉਮਰ 30 ਸਾਲ ਅਤੇ ਕੱਦ 6 ਫੁੱਟ, ਹੈਂਡਸਮ, ਨਸ਼ਿਆਂ ਤੋਂ ਰਹਿਤ, ਵਧੀਆ ਜੋਬ ਕਰਦੇ, ਆਪਣੇ ਵੈਲ ਸੈਟਲਡ ਪਰਿਵਾਰ ਨਾਲ ਰਹਿੰਦੇ ਲੜਕੇ ਲਈ ਕੈਨੇਡਾ ਅਮਰੀਕਾ ਤੋਂ ਪੜ੍ਹੀ ਲਿਖੀ ਸੋਹਣੀ ਸੁਨੱਖੀ ਪਰਿਵਾਰਕ ਘੱਟ ਤੋਂ ਘੱਟ 5'4" ਲੰਮੀ ਲੜਕੀ ਦੀ ਲੋੜ ਹੈ। ਸਟੂਡੈਂਟ ਵਿਜ਼ਟਰ ਵਰਕ ਪਰਮਿਟ 'ਤੇ ਆਈ ਲੜਕੀ 'ਤੇ ਵੀ ਵਿਚਾਰ ਕੀਤਾ ਜਾਵੇਗਾ। ਕੈਲਗਿਰੀ, ਵਿਨੀਪੈਗ ਅਤੇ ਵੈਂਕੂਵਰ ਰਹਿੰਦੇ ਜਾਂ ਮੂਵ ਹੋਏ ਪਰਿਵਾਰ ਦੇ ਲਈ ਪਹਿਲ ਰੱਖੀ ਜਾਵੇਗੀ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮਾਫ਼ ਕਰਨ ਅਤੇ ਆਪਣੀ ਫੋਟੋ ਜਾਂ ਬਾਇਓਡਾਟਾ ਤੁਸੀਂ ਭੇਜ ਸਕਦੇ ਹੋ ਜੀ 6048185780 'ਤੇ। ਅਗਲਾ ਰਿਸ਼ਤਾ ਹੈ ਜੀ ਲੜਕੀ ਦੀ ਲੋੜ ਲਈ। ਕੈਨੇਡਾ ਵਿੱਚ ਰਹਿੰਦੇ ਰਾਮਗੜੀਆ ਸਿੱਖ ਪਰਿਵਾਰ ਨੂੰ ਆਪਣੇ ਬੇਟੇ, ਉਮਰ 33 ਸਾਲ, ਕੱਦ ਹੈ 5'10", ਕਲੀਨ ਸ਼ੇਵ, ਕੈਨੇਡੀਅਨ ਸਿਟੀਜ਼ਨ, ਇਸ ਸਮੇਂ ਫਾਈਨੈਂਸ ਦੀ ਵਧੀਆ ਜੋਬ ਕਰਦੇ ਬੇਟੇ ਲਈ ਕੈਨੇਡਾ ਤੋਂ ਹੀ ਪੜ੍ਹੀ ਲਿਖੀ ਸੋਹਣੀ ਪਰਿਵਾਰਕ ਲੜਕੀ ਦੀ ਲੋੜ ਹੈ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਉਹਨਾਂ ਨੂੰ ਮਾਫ਼ ਕਰਨ। ਸੰਪਰਕ ਕਰਨ ਲਈ ਨੰਬਰ ਹੈ ਜੀ 2045107658 ਜਾਂ ਦੂਸਰਾ ਨੰਬਰ ਹੈ 5199175055। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ ਲੜਕੀ ਦੀ ਲੋੜ ਦੇ ਲਈ। ਕੈਨੇਡੀਅਨ PR ਜੱਟ ਸਿੱਖ, 1989 ਬੋਰਨ, ਕੱਦ 5'8", ਇੰਡੀਆ ਤੋਂ BEd ਕੰਪਿਊਟਰ ਇੰਜੀਨੀਅਰਿੰਗ, ਕੈਨੇਡਾ 'ਚ ਸੁਪਰਵਾਈਜ਼ਰ ਦੀ ਵਧੀਆ ਜੋਬ ਕਰਦੇ, ਹੈਂਡਸਮ, ਨਸ਼ਿਆਂ ਤੋਂ ਰਹਿਤ,
ਦਸਤਾਰਧਾਰੀ ਵੈਸ਼ਨੋ ਲੜਕੇ ਲਈ ਕੈਨੇਡਾ ਅਮਰੀਕਾ ਇੰਡੀਆ ਤੋਂ ਪੜ੍ਹੀ ਲਿਖੀ ਸੋਹਣੀ ਸੁਨੱਖੀ ਪਰਿਵਾਰਕ ਲੜਕੀ ਅਤੇ ਘੱਟੋ ਘੱਟ 25 ਸਾਲ ਜਾਂ ਉਸ ਤੋਂ ਉੱਪਰ ਦੀ ਉਮਰ ਵਾਲੀ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਕੈਨੇਡਾ 'ਚ ਵੈਲ ਸੈਟਲਡ ਹੈ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮਾਫ਼ ਕਰਨ ਅਤੇ ਤੁਸੀਂ ਸੰਪਰਕ ਕਰਨ ਦੇ ਲਈ ਇਹਨਾਂ ਨੂੰ ਕਾਲ ਕਰ ਸਕਦੇ ਹੋ ਜੀ 7788241 9859 ਜਾਂ 7783441586 'ਤੇ। ਸੋ ਇਹ ਸੀਗੇ ਜੀ ਅੱਜ ਦੇ ਰਿਸ਼ਤੇ। ਜੇਕਰ ਤੁਸੀਂ ਵੀ ਕੋਈ ਐਡ ਦੇਣਾ ਚਾਹੁੰਦੇ ਹੋ ਜਾਂ ਕੋਈ ਬਿਜ਼ਨਸ ਦੀ ਪ੍ਰਮੋਸ਼ਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਹੇਠ ਦਿੱਤੇ ਨੰਬਰਾਂ 'ਤੇ ਕੰਟੈਕਟ ਕਰ ਸਕਦੇ ਹੋ ਜਾਂ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ। ਅਤੇ ਸਾਡੇ ਦੋ ਆਫਿਸ ਹਨ। ਮੋਹਾਲੀ ਵਾਲਾ ਆਫਿਸ ਖੁੱਲ੍ਹਾ ਹੁੰਦਾ ਹੈ ਮੰਡੇ ਟੂ ਸੈਟਰਡੇ 9 to 5 ਅਤੇ ਟੋਰੋਂਟੋ ਵਾਲਾ ਆਫਿਸ ਖੁੱਲ੍ਹਾ ਹੁੰਦਾ ਹੈ ਮੰਡੇ ਟੂ ਫਰਾਈਡੇ 10 to 5। ਤੁਸੀਂ ਜਦੋਂ ਮਰਜ਼ੀ ਇੱਥੇ ਆ ਕੇ ਸਾਨੂੰ ਮਿਲ ਸਕਦੇ ਹੋ ਜਾਂ ਫੋਨ 'ਤੇ ਵਟਸਐਪ 'ਤੇ ਈਮੇਲ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸੋ ਅੱਜ ਲਈ ਸਾਨੂੰ ਦਿਓ ਇਜਾਜ਼ਤ। ਅਗਲੇ ਹਫ਼ਤੇ ਅਸੀਂ ਹੋਰ ਨਵੇਂ ਰਿਸ਼ਤੇ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।